ਗੁਰਬਚਨ ਸਿੰਘ ਪੁੱਲਰ ਦਾ ਵਿਅਕਤੀ ਚਿੱਤਰ ਬੇਈਮਾਨੀ ਵਿੱਚ ਵੀ ਅਸੂਲ ਜ਼ਰੂਰੀ ਚੰਡੀਗੜ੍ਹਿਆ ਰਿਸ਼ਵਤਖੋਰ 1998 ਵਿੱਚ ਮੇਰੇ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਲੱਗਣ ਤੋਂ ਕੁਛ ਹੀ ਸਮਾਂ ਮਗਰੋਂ ਮੇਰਾ ਦਿੱਲੀ ਦਾ ਮਿੱਤਰ ਚੰਨਣ ਸਿੰਘ ਨੇਜਰ ਜਿਹਨੂੰ ਉਹਦੇ ਨੇੜਲੇ ਸਭ ਚੰਨੀ ਆਖਦੇ ਸਨ ਆਪਣੀ ਪਤਨੀ ਸਮੇਤ ਮੇਰੇ ਕੋਲ ਆ ਟਿਕਿਆ ਉਹ ਲੇਖਕ ਤਾਂ ਨਹੀਂ ਸੀ ਪਰ ਪਾਠਕ ਬੜੀ ਲਗਨ ਵਾਲਾ ਸੀ ਮੇਰੇ ਦਿੱਲੀ ਪਹੁੰਚਣ ਤੋਂ ਬਹੁਤ ਪਹਿਲਾਂ ਤੋਂ ਉਹਦੇ ਜਸਵੰਤ ਸਿੰਘ ਕਵਲ ਨਾਲ ਬਹੁਤ ਹੀ ਨੇੜਲੀ ਦੋਸਤੀ ਸੀ ਕਵਲ ਨੇ ਸਾਡੀ ਜਾਣ ਪਛਾਣ ਕਰਵਾਈ ਜੋ ਛੇਤੀ ਦੋਵਾਂ ਪਰਿਵਾਰਾਂ ਦੀ ਦੋਸਤੀ ਬਣ ਗਈ ਕੁਝ ਸਮੇਂ ਵਿੱਚ ਹੀ ਸਾਡੇ ਦੋਵੇਂ ਪਰਿਵਾਰ ਇੱਕੋ ਪਰਿਵਾਰ ਦਾ ਰੂਪ ਧਾਰ ਗਏ ਚੰਨੀ ਬੱਬਰ ਲਹਿਰ ਦੇ ਸੰਗਰਾਮੀ ਅਤੇ ਚਰਚਿਤ ਪੁਸਤਕ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਦੇ ਲੇਖਕ ਮਿਲਖਾ ਸਿੰਘ ਨੇਜਰ ਦਾ ਪੁੱਤਰ ਸੀ ਜਿਹਨੂੰ ਅਸੀਂ ਸਭ ਭਾਈਆ ਜੀ ਆਖਦੇ ਸੀ ਭਾਈਆ ਜੀ ਨਾਲ ਮੇਰੀ ਨੇੜਤਾ ਚੰਨੀ ਵਾਲੇ ਰਾਹੂ ਹੀ ਹੋਈ ਸੀ ਉਰਦੂ ਵਿੱਚ ਕੁਝ ਜਮਾਤਾਂ ਪੜੇ ਹੋਏ ਸਨ ਪਰ ਪੰਜਾਬੀ ਲਿਖਣ ਪੜਨ ਦਾ ਉਹਨਾਂ ਦਾ ਹੱਥ ਤੰਗ ਹੀ ਸੀ ਇਸ ਲਈ ਉਹ ਆਪ ਲਹਿਰ 'ਚ ਸ਼ਾਮਲ ਰਹੇ ਹੋਣ ਦੇ ਤੇ ਇਤਿਹਾਸ ਲਿਖਣ ਦੀ ਜ਼ੋਰਦਾਰ ਇੱਛਾ ਦੇ ਬਾਵਜੂਦ ਇਹਡੇ ਵੱਡੇ ਕੰਮ ਨੂੰ ਹੱਥ ਪਾਉਣ ਤੋਂ ਝਿਜਕਦੇ ਰਹੇ ਆਖਰ ਸੋਧ ਸੁਧਾਈ ਸੰਪਾਦਨ ਤੇ ਪ੍ਰਕਾਸ਼ਨ ਸਮੇਤ ਮੇਰੀ ਮੁਕੰਮਲ ਸਹਿਯੋਗ ਦੀ ਪੇਸ਼ਕਸ਼ ਉਹਨਾਂ ਤੋਂ ਬਬਰ ਲਹਿਰ ਦਾ ਇਤਿਹਾਸ ਲਿਖਵਾਉਣ ਦੀ ਮੁੱਖ ਪ੍ਰੇਰਕ ਬਣੀ ਚੰਨੀ ਜੋੜੀ ਦਾ ਸਾਡੇ ਕੋਲ ਚੰਡੀਗੜ੍ਹ ਆ ਕੇ ਰਹਿਣਾ 84 ਦੇ ਸਿੱਕ ਕਤਲਾਮ ਨਾਲ ਜਾ ਜੁੜਦਾ ਸੀ ਕੁਰਬਾਨੀ ਵਾਲੇ ਦੇਸ਼ ਭਗਤ ਪਿਤਾ ਦਾ ਪੁੱਤਰ ਹੋਣ ਦੇ ਨਾਤੇ ਉਹਨੂੰ ਪਰਿਵਾਰ ਸਮੇਤ ਲੁਕ ਛिप ਕੇ ਕੱਟੇ ਦੰਗਿਆਂ ਦੇ ਦਿਨ ਬਹੁਤ ਪਰੇਸ਼ਾਨ ਕਰਦੇ ਦਾ ਕਹਿਣਾ ਸੀ ਦਿੱਲੀ ਹੁਣ ਰਹਿਣ ਯੋਗ ਨਹੀਂ ਰਹਿ ਗਈ ਜਿੱਥੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਜਾਨ ਬਚਾਉਣ ਵਾਸਤੇ ਲੁਕਦੇ ਫਿਰਨਾ ਪੈਂਦਾ ਉੱਥੇ ਕੀ ਰਹਿਣਾ ਜੋਈ ਆਵਾਜ਼ ਆਈ ਬੇਖਤਰਾ ਹੋਈ ਉਹਨੇ ਚੰਡੀਗੜ੍ਹ ਜਾ ਕੇ ਪਲਾਟ ਖਰੀਦਿਆ ਤੇ ਮਕਾਨ ਪਾਉਣਾ ਸ਼ੁਰੂ ਕਰ ਦਿੱਤਾ ਕੰਧਾਂ ਉੱਤਰ ਗਈਆਂ ਲੈਂਟਰ ਪੈ ਗਏ ਭਾਵ ਮਕਾਨ ਦਾ ਨੰਗਾ ਢਾਂਚਾ ਖੜਾ ਹੋ ਗਿਆ ਇੰਨੇ ਸਮੇਂ 'ਚ ਸਿੱਧੇ ਨੁਕਸਾਨ ਖਾਸ ਕਰਕੇ ਜਾਨੀ ਨੁਕਸਾਨ ਦੀ ਮਾਰ ਚਾਏ ਪਰਿਵਾਰਾਂ ਤੋਂ ਇਲਾਵਾ ਬਾਕੀ ਸਭ ਨਾਲੇ ਜੀਵਨ ਲਗਭਗ ਸਧਾਰਨ ਤੌਰ ਤੁਰਨ ਲੱਗ ਪਿਆ ਇਸ ਮਾਹੌਲ ਦੇ ਹਵਾਲੇ ਨਾਲ ਚੰਨੀ ਦੇ ਕੋਈ ਇੱਕ ਬੇਟੇ ਨੇ ਵੀ ਕਹਿ ਦਿੱਤਾ ਕਿ ਹੁਣ ਜਦੋਂ ਹਾਲਾਤ ਸੁਧਾਰਨ ਵਰਗੇ ਹੋ ਗਏ ਆ ਉਹ ਦਿੱਲੀ ਟਿਕਿਆ ਰਹਿਣਾ ਚਾਹੇਗਾ ਉਹਦੇ ਲਈ ਦਿੱਲੀ ਦਾ ਕੰਮ ਧੰਦਾ ਛੱਡ ਕੇ ਚੰਡੀਗੜ੍ਹ ਜਾਣਾ ਤੇ ਉੱਥੇ ਨਵੇਂ ਸਿਰਿਓਂ ਕਾਰੋਬਾਰ ਖੜਾ ਕਰਨਾ ਸੰਭਵ ਨਹੀਂ ਹੋਏਗਾ ਪਰਵਾਰਿਕ ਵਿਚਾਰ ਚਰਚਾ ਦਾ ਨਤੀਜਾ ਇਹ ਨਿਕਲਿਆ ਕਿ ਪਰਿਵਾਰ ਦਿੱਲੀ ਰਹਿੰਦਾ ਰਿਹਾ ਚੰਡੀਗੜ੍ਹ ਵਾਲਾ ਨੰਗ ਮੰੰਗਾ ਢਾਂਚਾ ਉਹਵੇਂ ਦਾ ਉਹਵੇਂ ਖੜਾ ਰਹਿ ਗਿਆ ਹੁਣ ਚੰਨੀ ਸਾਡੇ ਕੋਲ ਇਸ ਮੰਤਵ ਨਾਲ ਆਇਆ ਸੀ ਕਿ ਉਸ ਢਾਂਚੇ ਨੂੰ ਕੋਠੀ ਦੀ ਸ਼ਕਲ ਦੇ ਦੇਵੇ ਤੇ ਆਖਰ ਨੂੰ ਜਾਂ ਤਾਂ ਵੇਚ ਦੇਵੇ ਤੇ ਜਾਂ ਕਿਰਾਏ ਤੇ ਦੇ ਦੇਵੇ ਵਿਚਕਾਰ 12 ਸਾਲ ਬੀਤ ਗਏ ਸੀ ਉਹਨੇ ਕਿਹਾ ਸ਼ਾਇਦ ਕੁਝ ਸਰਕਾਰੀ ਮਹਿਕਮਿਆਂ ਨਾਲ ਵਾਪਸ ਹੋਵੇ ਮੈਨੂੰ ਤਾਂ ਜੀਵਨ ਚ ਅਜੇ ਕੰਮਾਂ ਦਾ ਕੋਈ ਅਨੁਭਵ ਰਿਹਾ ਹੀ ਨਹੀਂ ਚੇਤੇ ਤੇ ਜ਼ੋਰ ਪਾ ਕੇ ਉਹਨੇ ਅਜਈਆਂ ਗੱਲਾਂ ਦਾ ਜਾਣਕਾਰੀਕ ਵਕਫ ਬੰਦਾ ਪਛਾਣ ਲਿਆ ਉਹਨੇ ਦੱਸਿਆ ਕਿ ਪਹਿਲੀਆਂ ਮਨਜ਼ੂਰੀਆਂ ਨੂੰ ਬਹੁਤ ਸਮਾਂ ਹੋ ਗਿਆ ਕਈ ਨੀਮ ਬਦਲ ਜਾਂਦੇ ਆ ਕਈ ਟੈਕਸ ਨਵੇਂ ਲੱਗ ਜਾਂਦੇ ਆ ਯਾ ਪਹਿਲੇ ਵੱਧ ਜਾਂਦੇ ਆ ਮੁੱਖ ਦੀ ਗੱਲ ਜੇ ਕਿਸੇ ਮਹਿਕਮੇ ਕੋਲ ਜਾਣ ਦੀ ਕੋਈ ਕਾਨੂੰਨੀ ਲੋੜ ਨਾ ਵੀ ਹੋਵੇ ਉਹ ਤਦ ਵੀ ਇੰਨੇ ਸਮੇਂ ਦੀ ਬੇਤ ਨਾਲ ਕੰਮ ਦੁਬਾਰਾ ਸ਼ੁਰੂ ਹੋਇਆ ਵੇਖ ਕੇ ਆਦਰਸ਼ਨ ਦੇਣਗੇ ਕਹਿਣਗੇ ਸਾਨੂੰ ਪੁੱਛੇ ਦੱਸੇ ਬਿਨਾਂ ਹੀ ਤੁਸੀਂ ਕੀ ਕਰਨ ਲੱਗ ਪਏ ਮਹਾਰਾਜ ਉਹ ਮੁਸਕਰਾਇਆ ਚਾਹ ਪਾਣੀ ਤਾਂ ਹਰ ਕੋਈ ਲਾਏਗਾ ਚੰਨੀ ਨੇ ਮੇਰੇ ਨਾਲ ਇਹ ਗੱਲ ਬੜੀ ਘਬਰਾਟ ਜਿਹੀ ਨਾਲ ਸਾਂਝੀ ਕੀਤੀ ਉਹਦੀ ਮੁਸ਼ਕਲ ਇਹ ਸੀ ਕਿ ਉਹਨੂੰ ਚਾਹ ਪਾਣੀ ਭਾਵ ਰਿਸ਼ਵਤ ਦੇਣ ਦਾ ਕੋਈ ਅਨੁਭਵ ਨਹੀਂ ਸੀ ਉਹਦੀ ਨੌਕਰੀ ਵੀ ਇਹ ਜਿਹੀ ਰਹੀ ਸੀ ਜਿਸ 'ਚ ਆਮ ਲੋਕਾਂ ਨਾਲ ਵਰਤੋਂ ਵਿਹਾਰ ਦਾ ਕੋਈ ਆਧਾਰ ਨਹੀਂ ਸੀ ਹੁੰਦਾ ਇਸ ਲਈ ਕਿਸੇ ਚਾਹਵਾਨ ਕਰਮਚਾਰੀ ਲਈ ਵੀ ਰਿਸ਼ਵਤ ਦੀ ਕੋਈ ਗੁੰਜਾਇਸ਼ ਨਹੀਂ ਸੀ ਹੁੰਦੀ ਚੰਨੀ ਤਾਂ ਸੰਸਕਾਰਾਂ ਤੇ ਪਰਵਾਰਿਸ਼ ਦੇ ਪੱਖੋਂ ਹੀ ਅਜਈਆਂ ਗੱਲਾਂ ਤੋਂ ਦੂਰ ਭੱਜਦਾ ਸੀ ਉਹ 에어ਲਾਈਨਸ ਤੋਂ ਇੰਜੀਨੀਅਰ ਦੀ ਪਦਵੀ ਤੋਂ ਸੇਵਾਮੁਕਤ ਹੋਇਆ ਸੀ ਮੈਂ ਸਮਝਾਇਆ ਕਿ ਉਹ ਤਾਂ ਹੱਥ ਗਰਮ ਕਰੇ ਬਿਨਾ ਤੈਨੂੰ ਫਾਈਲ ਦੇ ਦਰਸ਼ਨ ਤੱਕ ਨਹੀਂ ਕਰਾਉਣਗੇ ਤੇ ਮੂੰਹ 파ੜ ਕੇ ਮਾਇਆ ਮੰਗਣਗੇ ਇਸ ਸੂਰਤ ਵਿੱਚ ਤੈਨੂੰ ਕੀ ਪਰੇਸ਼ਾਨੀ ਹੈ ਮੈਨੂੰ ਪੂਰੀ ਜ਼ਿੰਦਗੀ ਚ ਸਿਰਫ ਇੱਕ ਵਾਰ ਅਜੇ ਆ ਦਫਤਰੀ ਵਾ ਪਿਆ ਸੀ ਤੇ ਮੇਰਾ ਅਨੁਭਵ ਬਹੁਤ ਦਿਲਚਸਪ ਹੋਣ ਦੇ ਨਾਲ ਨਾਲ ਗਿਆਨ ਵਧਾਉ ਵੀ ਰਿਹਾ ਸੀ ਮੈਂ ਉਹ ਕਿੱਸਾ ਉਹਨੂੰ ਕਹਿਣ ਸੁਣਾਇਆ ਜਿਸ ਪਲਾਟ ਤੇ ਮੇਰਾ ਘਰ ਹੈ ਅਜੇ ਪਲਾਟ ਸਰਕਾਰ ਨੇ ਸਾਨੂੰ 99 ਸਾਲ ਦੀ ਲੀਜ਼ ਤੇ ਦਿੱਤੇ ਹੋਏ ਸੀ ਹਰ ਸਾਲ ਲੀਜ਼ ਦੇ ਪੈਸੇ ਵਸੂਲੇ ਜਾਂਦੇ ਜੋ ਹੌਲੀ-ਹੌਲੀ ਵਧਾਏ ਜਾਂਦੇ ਰਹੇ ਤੇ 99 ਸਾਲ ਪਿੱਛੋਂ ਲੀਜ਼ ਨਵਿਆਈ ਜਾਣੀ ਸੀ ਵਿੱਚ ਵਿਚਾਲੇ ਕਈ ਪੀੜੀਆਂ ਲੰਘ ਜਾਣੀਆਂ ਸਨ ਕਿ ਪਤਾ ਉਹਦੋਂ ਕਿਸ ਰਾਜੇ ਦੀ ਕੌਣ ਪਰਜਾ ਹੋਣੀ ਸੀ ਪリーズ ਦਾ ਇੱਕੋ ਵੱਡਾ ਘਾਟਾ ਸੀ ਜੇ ਘਰ ਵੇਚਣਾ ਹੋਵੇ ਸਰਕਾਰ ਦੀ ਆਗਿਆ ਜ਼ਰੂਰੀ ਸੀ ਜੋ ਕੋਈ ਸੌਖਾ ਕੰਮ ਵੀ ਨਹੀਂ ਸੀ ਤੇ ਨਫੇ ਦਾ ਵੱਡਾ ਹਿੱਸਾ ਵੀ ਸਰਕਾਰ ਮਾਰ ਜਾਂਦੀ ਸੀ ਲੋਕਾਂ ਨੇ ਇਹਦਾ ਵਧੀਆ ਹੱਲ ਮੁਖਤਿਆਰਨਾਮੇ ਦੇ ਰੂਪ ਚ ਕੱਢਿਆ ਹੋਇਆ ਸੀ ਵਿਕਰੇਤਾ ਖਰੀਦਦਾਰ ਨੂੰ ਕਾਨੂੰਨੀ ਮੁਖਤਿਆਰਨਾਮਾ ਲਿਖ ਦਿੰਦਾ ਅੱਧੀ ਦਿੱਲੀ یوں ਵਿਕੀ ਹੋਈ ਸੀ ਸਭ ਆਖਦੇ ਵੀ ਦਿੱਲੀ ਚ ਕਦੀ ਇੱਕ ਮਾਮਲਾ ਵੀ ਅਜਿਹਾ ਨਹੀਂ ਸੀ ਸੁਣਿਆ ਗਿਆ ਕਿ ਕਿਸੇ ਮਾਲਕ ਨੇ ਪੈਸੇ ਲੈ ਕੇ ਕਦੀ ਬਾਅਦ ਵਿੱਚ ਖਰੀਦਦਾਰ ਦਾ ਮੁਖਤਿਆਰਨਾਮਾ ਰੱਦ ਕੀਤਾ ਹੋਵੇ ਆਖਰ ਸਰਕਾਰੀ ਮਹਿਕਮੇ ਨੇ ਸੋਚਿਆ ਪਲਾਟ ਚੀਜ਼ ਦੀ ਤਾਂ ਫ੍ਰੀਹੋਲਡ ਕਰਦੇ ਆ ਇੱਕੋ ਵਾਰ ਮੋਟੀ ਮਾਇਆ ਵਸੂਲ ਕੇ ਆਪਣੇ ਖਜ਼ਾਨੇ ਭਰਪੂਰ ਕਿਉਂ ਨਾ ਕਰ ਲਏ ਜਾਣ ਫ੍ਰੀਹੋਲਡ ਦਾ ਭਾਵ ਸੀ ਵੇਚਣ ਦੇ ਅਧਿਕਾਰ ਸਮੇਤ ਮੁਕੰਮਲ ਮਾਲਕੀ ਪਲਾਟ ਦੇ ਆਕਾਰ ਦੇ ਹਿਸਾਬ ਮਾਇਆ ਦਾਸ ਦਿੱਤੀ ਗਈ ਮੈਂ ਉਹਨਾਂ ਦੇ ਮੰਗੇ ਹੋਏ ਸਾਰੇ ਕਾਗਜ਼ ਪੱਤਰ ਡਰਾਫਟ ਸਮੇਤ ਭੇਜ ਦਿੱਤੇ ਹੁਕਮ ਹੋਇਆ ਅਮਕੀ ਤਰੀਕ ਦੋ ਗਵਾਹ ਲੈ ਕੇ ਆ ਜਾਓ ਮੈਂ ਦੋ ਲੇਖਕ ਮਿੱਤਰਾਂ ਨੂੰ ਲੈ ਕੇ ਦਫਤਰ ਪਹੁੰਚ ਗਿਆ ਕਲਰਕ ਦੇਵਤਾ ਨੂੰ ਨਾਮ ਦੱਸਿਆ ਤੇ ਫਾਈਲ ਬਾਰੇ ਪੁੱਛਿਆ ਉਹਨੇ ਦਰਾਜ ਵਿੱਚੋਂ ਫਾਈਲ ਕੱਢ ਕੇ ਵਿਖਾਈ ਤੇ ਫਾਈਲ ਤਾਂ ਤਿਆਰ ਹੈ ਜੀ ਆ ਕੇ ਦਰਾਜ 'ਚ ਹੀ ਰੱਖ ਦਿੱਤੀ ਮੈਂ ਹੱਥ ਕੀਤਾ ਵਾਪਸ ਕਿਉਂ ਰੱਖ ਦਿੱਤੀ ਕਿਰਪਾ ਕਰੋ ਮੈਂ ਜਾਵਾਂ ਉਹ ਹੱਸਿਆ ਪਹਿਲਾਂ ਤੁਸੀਂ ਵੀ ਤਾਂ ਕਿਰਪਾ ਕਰੋ ਚਾਹ ਪਾਣੀ ਦੀ ਮੈਂ ਮੱਛਲਾ ਬਣ ਕੇ ਕਿਹਾ ਸੁੱਕੀ ਚਾਹ ਕਿਉਂ ਜੀ ਨਾਲ ਸਮੋਸੇ ਵੀ ਉਠੋ ਕੈਂਟੀਨ ਕਿੱਧਰ ਹੈ ਉੱਥੇ ਭੇਜ ਦੇਣਗੇ ਉਨੇ ਹੱਥ ਵਧਾਇਆ ਅਸੀਂ ਆਪੇ ਮਗਰੋਂ ਪੀ ਲਵਾਂਗੇ ਤੁਸੀਂ ਨਗਦ ਹੀ ਦੇ ਦਿਓ ਮੈਂ ਫੇਰ ਮੂਰਖ ਬਣਨਾ ਠੀਕ ਸਮਝਿਆ ਬਾਥਰੂਮ ਕਿੱਧਰ ਹੈ ਮੈਂ ਬਟੂਏ ਚੋਂ ਕੱਢ ਕੇ ਮੁਠੀ ਚ ਛੁਪਾ ਲਿਆ ਮਾਂ ਉਹ ਬੇ ਧੜਕ ਬੇ ਧੜਕ ਬੋਲਿਆ ਤੁਸੀਂ ਬੇਫਿਕਰ ਹੋ ਕੇ ਪਰਸ ਖੋਲੋ ਐਨੀ ਮਾਇਆ ਮੇਰੇ ਹਵਾਲੇ ਕਰੋ ਮੈਂ ਵੱਡੇ ਸਾਰੇ ਕਮਰੇ ਚ ਨਜ਼ਰ ਫੇਰ ਕੇ ਡਰ ਦਾ ਨਾਟਕ ਕੀਤਾ ਦਰਜਨ ਦੇ ਕਰੀਬ ਤੁਹਾਡੇ ਸਹਿਕਰਮੀ ਬੈਠੇ ਐ ਹਰ ਇੱਕ ਦੇ ਮੇਜ਼ ਕੋਲ ਮਜ਼ਮਨ ਲੱਗਿਆ ਹੋਇਆ ਇੰਨੀ ਹਲਕਤ ਦੇ ਸਾਹਮਣੇ ਉਨੇ ਗੱਲ ਮੁਕਦੀ ਕਰਨੀ ਠੀਕ ਸਮਝੀ ਇਹ ਸਾਰੀ ਖਲਕੱਤਾ ਤੁਹਾਡੇ ਵਾਂਗ ਪੈਸੇ ਦੇਣ ਵਾਲੀ ਹੈ ਤੇ ਮੇਰੇ ਸਹਿਕਰਮੀਕ ਦੂਜੇ ਦੇ ਨੋਟਾਂਵਾਲ ਦੇਖ ਕੇ ਕੋਈ ਈਰਖਾ ਨਹੀਂ ਕਰਦੇ ਕਿਉਂਕਿ ਸ਼ਾਮ ਨੂੰ ਸਭ ਨੇ ਇੱਕੋ ਮੇਜ਼ ਉੱਤੇ ਜੇਬਾਂ ਖਾਲੀ ਕਰਨੀਆਂ ਉਸ ਢੇਰੀ 'ਚ ਉੱਪਰ ਲਿਆਂਦਾ ਹਿੱਸਾ ਪਾਸੇ ਰੱਖ ਕੇ ਬਾਕੀ ਸਭ ਨੂੰ ਬਰਾਬਰ-ਬਰਾਬਰ ਮਾਲ ਮਿਲ ਜਾਂਦਾ ਸਾਰੀ ਦੁਨੀਆ ਵਿਸ਼ਵਾਸ ਤੇ ਇਮਾਨਦਾਰੀ ਉੱਤੇ ਖੜੀ ਹੈ ਸਰਦਾਰ ਸਾਹਿਬ ਤੇ ਹੁਣ ਤੁਸੀਂ ਆਪਣਾ ਦੋਵਾਂ ਦਾ ਸਮਾਂ ਖਰਾਬ ਨਾ ਕਰੋ ਚੰਨੀ ਨੂੰ ਆਪ ਵੀ ਤੀ ਸੁਣਾ ਕੇ ਮੈਂ ਕਿਹਾ ਘਬਰਾ ਨਾ ਸਭ ਆਪੇ ਹੀ ਮੰਗਣਗੇ ਉਹਨਾਂ ਦਾ ਰੋਜ਼ ਦਾ ਕੰਮ ਹੈ ਪਾਕੀ ਸਭ ਤਾਂ ਚਲੋ ਠੀਕ ਹੀ ਸੀ ਇੱਕ ਕੰਮ ਬੜਾ ਕਸੂਤਾ ਸੀ ਬਿਜਲੀ ਵਾਲਿਆਂ ਨੇ ਚੰਨੀ ਦੇ ਘਰ ਕੋਲ ਖੰਭਾ ਲਾਉਣ ਸਮੇ ਉਹਦੀ ਇੱਕ ਸਟੇ ਵੇਲਾ ਤੇ ਸੁੰਨਾ ਪਿਆ ਘਰ ਦੇਖ ਕੇ ਉਹਦੇ ਅਗਲੇ ਵੇੜੇ ਦੇ ਵਿਚਾਲੇ ਗੱਡਤੀ ਉਹਨੂੰ ਪਟਵਾ ਕੇ ਕਿਸੇ ਨਵੀਂ ਥਾਂ ਲਿਆਉਣਾ ਲਵਾਉਣਾ ਕਾਫੀ ਭੱਜ ਭਜਾਈ ਤੇ ਮੋਟਾ ਚਾਹ ਪਾਣੀ ਲੋੜਦਾ ਸੀ ਅਰਜੀ ਤੁਰਦੀ ਤੁਰਦੀ ਆਖਰ ਉਸ ਬਾਬੂ ਕੋਲ ਪਹੁੰਚ ਗਈ ਜਿਹਨੇ ਕਿਸੇ ਵੱਡੇ ਸਾਹਿਬ ਦੇ ਦਸਖਤ ਕਰਵਾ ਕੇ ਦੇਣੇ ਸੀ ਉਹਨਾਂ ਦਸਖਤਾਂ ਪਿੱਛੋਂ ਸਟੇਟ ਉੱਟੀ ਜਾਣੀ ਸੀ ਚੰਨੀ ਬਟੂਏ 'ਚ ਮਾਇਆ ਪਾ ਕੇ ਪਹੁੰਚ ਗਿਆ ਬਾਊ ਨੇ ਫਾਈਲ ਉਹਦੇ ਹਵਾਲੇ ਕਰਕੇ ਕਿਹਾ ਲਓ ਤੁਹਾਡਾ ਕੰਮ ਹੋ ਗਿਆ ਤੇ ਫਾਈਲ ਫੜਾ ਕੇ ਆਪਣੇ ਕੰਮ ਲੱਗ ਗਿਆ ਚੰਨੀ ਨੂੰ ਪਹਿਲਾਂ ਤਾਂ ਕੁਝ ਹੈਰਾਨੀ ਹੋਈ ਪਰ ਫਿਰ ਸੋਚਿਆ ਇਹਨੂੰ ਮੈਥੋਂ ਆਪੇ ਦੇ ਦੇਣ ਦੀ ਆਸ ਹੈ ਹੁਣ ਤੱਕ ਇਹਦੀ ਝਿਜਕ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਇਹਨੇ ਆਪ ਚਾਹ ਪਾਣੀ ਦੀ ਸੇਵਾ ਪੁੱਛੀ ਬਾਊ ਨੇ ਪੁੱਛਿਆ ਤੁਹਾਡੀ ਉਮਰ ਕਿੰਨੀ ਹੈ ਚੰਨੀ ਤੋਂ 72 ਸਾਲ ਸੁਣ ਕੇ ਬੋਲਿਆ ਮੇਰਾ ਅੰਦਾਜ਼ਾ ਠੀਕ ਹੀ ਨਿਕਲਿਆ ਦੇਖੋ ਸਰਦਾਰ ਸਾਹਿਬ ਮੇਰਾ ਯਕੀਨ ਹੈ ਬੰਦੇ ਦੇ ਕੁਝ ਅਸੂਲ ਹੋਣੇ ਚਾਹੀਦੇ ਆ ਉਹ ਕੋਈ ਵੀ ਕੰਮ ਕਰੇ ਉਹਨੂੰ ਆਪਣੇ ਅਸੂਲਾਂ ਤੇ ਪਹਿਰਾ ਦੇਣਾ ਚਾਹੀਦਾ ਉਹ ਕੰਮ ਚਾਹੇ ਚਾਹ ਪਾਣੀ ਲੈਣ ਦਾ ਹੀ ਕਿਉ ਨਾ ਹੋਵੇ ਮੇਰਾ ਸੂਲ ਹੈ ਮੈਂ ਤਿੰਨ ਜਣਿਆਂ ਦਾ ਬਹੁਤ ਸਤਕਾਰ ਕਰਦਾ ਨੰਬਰ 1 ਵਿਧਵਾ ਔਰਤ ਜਿਸ ਬਦਕਿਸਮਤ ਨੂੰ ਸਮਾਜ ਚ ਬਹੁਤ ਕਸ਼ਟ ਭੋਗਣੇ ਪੈਂਦੇ ਆ ਨੰਬਰ 2 ਟੀਚਰ ਸਿਰਫ ਉਹ ਟੀਚਰ ਨਹੀਂ ਜਿਨ੍ਹਾਂ ਤੋਂ ਮੈਂ ਆਪ ਪੜਿਆ ਸੋ ਕੋ ਹਰ ਟੀਚਰ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਹੀ ਪੂਰੇ ਦੇਸ਼ ਨੂੰ ਚਲਾਉਣ ਵਾਲੇ ਛੋਟੇ ਵੱਡੇ ਸਭ ਪਿਆਰ ਹੁੰਦੇ ਆ ਨੰਬਰ 3 ਸੀਨੀਅਰ ਸਿਟੀਜ਼ਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪਰਿਵਾਰ ਦੇ ਤੇ ਸਮਾਜ ਦੇ ਲਿਖੇ ਲਾ ਕੇ ਸਫੈਦ ਵਾਲ ਕਮਾਈ ਹੁੰਦੇ ਆ ਕਿਉਂਕਿ ਮੈਂ ਨਾ ਤਿੰਨਾਂ ਦਾ ਸਤਿਕਾਰ ਕਰਦਾ ਇਸ ਕਰਕੇ ਮੈਂ ਨਾ ਤਿੰਨਾਂ ਤੋਂ ਹੀ ਚਾਹ ਪਾਣੀ ਵੀ ਨਹੀਂ ਲੈਂਦਾ ਜੇ ਮੱਲੋ ਜੇਰੀ ਜੋਰੀ ਦੇਣਾ ਚਾਹਣ ਤਦ ਵੀ ਨਹੀਂ ਲੈਂਦਾ ਹੋਰ ਕਿਸੇ ਨੂੰ ਮੈਂ ਛੱਡਦਾ ਨਹੀਂ ਜਾਓ ਸਟੇ ਦਾ ਕੰਮ ਕਰਵਾਓ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਸਰੀਰ ਹੈ ਤਾਂ ਦੁਨੀਆ ਹੈ ਤਨ